तो सबनों मेरे वालों सत श्री अकाल मैं अच्डे अगे लैके आई हाँ श्रेया आंजलिया जी की कहानी जो चला रहे हैं एब्रो एडियोशिप एडियोशिपूबरो एडियोशिप आखिर की है एब्रो एडियोशिप यह यने ली चलो सुनते हाँ पहला श्रेयाचलिया जी की कहानी किब्रो एडियोशिपू स्टार्ट किया श्रेया आंजलिया जी अज एक ऑन्तरप्रेन्यो ने इन ਗ੍ਰੈਜੂਏਸ਼ਨ ਕੀਤੀ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿੱਚ ਜਿਸ ਤੋਂ ਬਾਅਦ ਇਹ ਡਿਵੈਲਪਰ ਦੇ ਤੌਰ ਤੇ 1 ਸਾਲ ਲਈ ਕੰਮ ਕਰਦੇ ਰਹੇ ਪਰ ਹੁਣ ਜਿੱਦਾਂ ਆਪਣੇ ਸਭ ਦੇ ਦਿਮਾਗ ਚਾਹੁੰਦਾ ਆ ਕਿ ਆਪਾਂ ਆਪਣੇ ਕਰੀਅਰ ਵਿੱਚ ਕੁਝ ਵਧੀਆ ਕਰੀਏ ਕੁਝ हट ਕੇ ਕਰੀਏ ਤਾਂ ਇਹਨਾਂ ਦੇ ਦਿਮਾਗ ਵਿੱਚ ਵੀ ਉਹੀ ਚੀਜ਼ ਚੱਲ ਰਹੀ ਸੀ ਇਹਨਾਂ ਨੇ ਡਿਸਾਈਡ ਕੀਤਾ ਕਿ ਮੈਂ ਮਾਸਟਰਸ ਕਰਨ ਲਈ ਜਾऊंगी ਅਬਰਾਡ ਹੁਣ ਜਦੋਂ ਇਹਨਾਂ ਨੇ ਇੰਡੀਆ ਵਿੱਚ ਇਸ ਲੈ ਕੇ ਸਰਚ ਕਰਨੀ ਸ਼ੁਰੂ ਕੀਤੀ ਲੋਕਾਂ ਨਾਲ ਗੱਲ ਕੀਤੀ ਪਰ ਇਹਨਾਂ ਨੂੰ ਹਰ ਕਿਸੇ ਦੇ ਅਲੱਗ-ਅਲੱਗ ਵਿਚਾਰ ਆਏ ਜਿਸ ਦੀ وجہ ਨਾਲ ਮੈਨੂੰ ਵੀ ਥੋੜਾ ਡਰ ਵੀ ਸੀਗਾ ਤੇ ਥੋੜਾ ਕੁਝ ਫਰਾਡ ਵੀ ਲੱਗਿਆ ਵਿੱਚੇ ਇਹਨਾਂ ਨੇ ਸੋਚਿਆ ਕਿ ਮੈਂ ਸਕਾਲਰਸ਼ਿਪ ਲੈ ਕੇ ਜਾਨੀ ਹੈ ਇੱਕ ਦਿਮਾਗਸ ਨਾ ਜਦੋਂ ਆਪਾਂ ਚੀਜ਼ ਬਿਠਾ ਲੈਨੇ ਆ ਨਾ ਕਿ ਮੈਂ ਸਕਾਲਰਸ਼ਿਪ ਲੈ ਕੇ ਹੀ ਜਾਨੀ ਹੈ ਜਿਹਦੇ ਨਾਲ ਮੈਂ ਆਪਣੀ ਟਿਊਸ਼ਨ ਤੇ ਅਕੋਮੋਡੇਸ਼ਨ ਫੀਸ ਵੀ ਭਰ ਸਕਾਂ ਤਾਂ ਕਿ ਮੇਰੇ ਪੇਰੈਂਟਸ ਨੂੰ ਕੋਈ ਦਿੱਕਤ ਨਾ ਹੋਵੇ ਤਾਂ ਆਪਾਂ ਨਾ ਉਹਦੇ ਲਈ ਜੁੜ ਜਾਣੇ ਆ ਫਾਈਨਲੀ ਇਹਨਾਂ ਨੇ ਵੀ ਜੁਟ ਕੇ ਆਪਣੇ ਆਪ ਹੀ ਕਰਨਾ ਸ਼ੁਰੂ ਕਰਤਾ ਇਹਨਾਂ ਨੇ ਆਪਣੀ ਪ੍ਰੋਫਾਈਲ ਬਣਾਈ ਜਿੱਦੇ ਜਿਹਨਾਂ ਨੂੰ ਬਹੁਤ ਟਾਈਮ ਲੱਗ ਗਿਆ ਪਰ ਫਿਰ ਵੀ ਪੇਸ਼ੈਂਸ ਬਹੁਤ ਜ਼ਰੂਰੀ ਹੈ ਜੋ ਇਹਨਾਂ ਨੇ ਰੱਖੀ ਤੇ ਅਪਲਾਈ ਕੀਤਾ ਫਿਰ ਸਕਾਲਰਸ਼ਿਪਸ ਲਈ ਆਖਿਰ ਵਿੱਚ ਇਹਨਾਂ ਨੂੰ 100% ਟਿਊਸ਼ਨ ਅਤੇ ਫੁੱਲ ਅਕਾਮੋਡੇਸ਼ਨ ਸਕਾਲਰਸ਼ਿਪ ਮਿਲ ਗਈ ਯੂਰਪ ਵਿੱਚ ਯਾਨੀ ਕਿ ਹੁਣ ਇਹਨਾਂ ਨੂੰ ਆਪਣੇ ਪੜਨ ਤੇ ਆਪਣੇ ਰਹਿਣ ਦਾ ਖਰਚਾ ਨਹੀਂ ਉਠਾਣਾ ਪੈਣਾ ਸੀ ਯੂਰਪ ਵਿੱਚ ਜਾ ਕੇ ਇਹਨਾਂ ਨੇ ਆਪਣੇ ਮਾਸਟਰਸ ਦੀ ਡਿਗਰੀ ਲਈ AI ਐਂਡ ਰੋਬੋਟਿਕਸ ਵਿੱਚ ਉਸ ਤੋਂ ਬਾਅਦ ਜਦੋਂ ਇਹ ਵਾਪਸ ਆਏ ਇੰਡੀਆ ਆਏ ਯਾਨੀ ਇਹਨਾਂ ਨੂੰ ਕਈ ਲੋਕਾਂ ਨੇ ਸਵਾਲ ਕੀਤੇ ਕਈ ਪੈਰੈਂਟਸ ਨੇ ਪੁੱਛਿਆ ਕਈ ਸਟੂਡੈਂਟਸ ਨੇ ਪੁੱਛਿਆ ਸਾਨੂੰ ਕੁਝ ਦਸਤਾਵੇਜ਼ੀ ਹੈਦਾ ਕਿਦਾਂ ਭੇਜ ਸਕਦੇ ਆਂ ਬੱਚਿਆਂ ਨੂੰ ਤਾਂ ਸ਼੍ਰੀ ਅੰਜਲੀਆ ਜੀ ਨੂੰ ਜਦ ਇਹ ਚੀਜ਼ ਲੱਗੀ ਕਿ ਮੇਰੇ ਜਿਹੀ ਕਈ ਸਟੂਡੈਂਟਸ ਨੇ ਜਿਨ੍ਹਾਂ ਨੂੰ ਹੈਲਪ ਦੀ ਜ਼ਰੂਰਤ ਹੈ ਤਾਂ ਉਹਨਾਂ ਨੇ ਫ੍ਰੀ ਕਾਉਂਸਲਿੰਗ ਸੈਸ਼ਨਸ ਲਗਾਨੇ ਸ਼ੁਰੂ ਕਰ ਦਿੱਤੇ ਜੀ ਹਾਂ एद तो ही शुरुआत हुई एब्रो एडियोशिप की हूँ तक एब्रो एडियोशिप सैवन थाउजेंड प्लस फ्री काउंसलिंग सैशन लगा चुका है तो ही हूँ इन्ह नाल वन फिफ्टी प्लस मैंट भी जुड़ चुके हैं जो कि आई वी लीग तो ने यानी कि बहुत ही यूनिवर्सिटीज तो ने जो कि अब्रॉड ने एब्रो एडियोशिपुरू तीस तो अपने बच्चों स्कॉलरशिप न भेज सकते हो तो ही फाइनैंशियली भी हैल्प मिलेगी अब्रॉड जाने ਦੂਸਰੀ ਗੱਲ ਐਬਰੋ ਐਡਿਊਸ਼ਨ ਦੇ ਜਿਹੜੇ ਮੈਂਟਰਸ ਨੇ ਉਹ ਤੁਹਾਨੂੰ ਮਦਦ ਕਰਨਗੇ ਤੁਹਾਨੂੰ ਜਾਣਨ ਵਿੱਚ ਕਿ ਤੁਸੀਂ ਕਿਸ ਵਿੱਚ ਵਧੀਆ ਹੋ ਕਿਹੜੀ ਫੀਲਡ ਵਿੱਚ ਤੁਹਾਨੂੰ ਜਾਣਾ ਚਾਹੀਦਾ ਹੈ ਤੁਹਾਨੂੰ ਐਬਰੋਡ ਕਿੱਧਰ ਜਾਣਾ ਹੈ ਸਾਰੇ ਸਵਾਲਾਂ ਦੇ ਜਵਾਬ ਉਹਨਾਂ ਮੈਂਟਰਸ ਕੋਲ ਮਿਲਣਗੇ ਤੇ ਨਾਲ ਹੀ ਨਾਲ ਉਹ ਸਿਰਫ ਤੁਹਾਡੇ ਮੈਂਟਰਸ ਹੀ ਨਹੀਂ ਇੱਕ ਅੱਛੇ ਦੋਸਤ ਦੀ ਤਰ੍ਹਾਂ ਕੰਮ ਕਰਨਗੇ ਜੋ ਤੁਹਾਨੂੰ ਸਹੀ ਸਲਾਹ ਦੇਣਗੇ ਸਹੀ ਬਾਤ ਥੇ ਲੈ ਕੇ ਆਣਗੇ ਤੁਹਾਨੂੰ ਪਤਾ ਹੈ ਜਦ ਮੈਂ ਪਹਿਲੀ ਵਾਰ ਸ਼ਿਆ ਅੰਜਲੀਆ ਜੀ ਨਾਲ ਗੱਲ ਕੀਤੀ ਤਾਂ ਮੈਨੂੰ ਹੋਇਆ ਕਿ इदा भी कुछ है पर जब मैं इन्होंने कुछ बच्चों के विचार सुने लग्या कि हाँ सही है यह जी चीजा भी हो सकती नहीं जे इंसान चाहे तो कुछ भी कर सकता है तो वह श्रे अंजलिया जी ने कर दिखाया है जानते हैं जरा इन्होंने कुछ बच्चों का की कहना है हेलो मेरा नाम मान्य है एंड मैं पंजाब तो है एंड मेरे मैंटर रहे दक्ष सर तो आई एम वेरी थैंकफुल दक्ष सर न क्योंकि क्योंकि दे करके मेरी जो फील्ड है मैं ट्रैक पर आ चुकी है और मैं सुजेस्ट करूँगी स्टूडेंट्स भी कि तुसी एक बार जॉइन करो तुम रिग्रैट नहीं करोगे इस चीज़ हेलो माई नेम इज सुष्मिता एंड मैं एब्रो एडीशिप से स्टडी कर रही हूँ सच में मेरे लिए ना काफ़ी डिफिकल्टीज आ रही थी मैं अब्रॉड जाना चाहती थी पर एब्रोडीशिपेंटर्स हैं यहाँ पर जो मुझे जानते हैं तो वो जानते हैं कि कैसे डिफ़िकल्टीज में फेस कर रही थी उन्होंने मेरी काफ़ी हेल्प की सच में ये सिर्फ आपके मेंटर्स ही नहीं बल्कि आपके साथ एक अच्छे दोस्त की तरह भी काम करेंगे जो आपको हेल्प करेंगे कि आपको कहाँ पर जाना है कहाँ पर आपको नहीं जाना है तो ये सब चीज़ें आपको बताई जाएंगी आपको फाइनेंशियली भी सपोर्ट किया जाता है सच में मेरे लिए एब्रो एडियोशिप बेस्ट है एंड आई सजेस्ट यो गायज़ कि आपको भी एब्रो एडियोशिप एक बार ज़रूर ट्राई करना चाहिए जाना चाहिए वहाँ पर और अपना बेस्ट करो थैंक यू ਸ਼ੁਕਰੀਆ ਬੱਚਿਓ ਤੁਸੀਂ ਸਾਨੂੰ ਇਹ ਰਿਕਾਰਡਿੰਗਸ ਭੇਜੇ ਨੇ ਆਪਣੇ ਦਰਸ਼ਕੋ ਮੈਨੂੰ ਲੱਗਦਾ ਹੈ ਤੁਸੀਂ ਸਮਝ ਗਏ ਹੋਗੇ ਕਿ ਐਬਰੋ ਐਡਿਊਸ਼ਨਿਪ ਕੀ ਚੀਜ਼ ਕੀ ਹੈ ਵੈਸੇ ਮੈਨੂੰ ਨਾ ਇਹ ਇੱਕ ਗੱਲ ਬਹੁਤ ਵਧੀਆ ਲੱਗੀ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਜਾਂਦੀ ਜਾਂਦੀ ਐਬਰੋ ਐਡਿਊਸ਼ਨਿਪ ਇੱਕ ਇਨੋਵੇਟਿਵ ਆਈਡੀਆਜ਼ ਵੀ ਲੈ ਕੇ ਆਇਆ ਹੈ ਬੱਚਿਆਂ ਲਈ ਹੈ ਕਿ ਕੋਈ ਵੀ ਕੰਟਰੀ ਹੈ ਚਾਹੇ ਕੈਨੇਡਾ ਹੈ ਆਸਟ੍ਰੇਲੀਆ ਹੈ ਨਿਊਜ਼ੀਲੈਂਡ ਹੈ ਜਾਂ ਯੂਰਪ ਹੈ ਕੋਈ ਵੀ ਕੰਟਰੀ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਦੀ ਕੋਰਸਿਸ ਯੂਨੀਵਰਸਿਟੀਆਂ ਦੇ ਸਕਾਲਰਸ਼ਿਪਸ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਮਿਲੇਗੀ ਜਾਂ ਤੁਹਾਨੂੰ ਆਈਜ਼ ਜਾਂ ਕਿਸੇ ਹੋਰ ਦੀ ਤਿਆਰੀ ਕਰਨੀ ਹੈ ਤੁਸੀਂ ਇੱਥੇ ਆ ਸਕਦੇ ਹੋ ਨਾਲ ਹੀ ਨਾਲ ਤੁਹਾਡੇ ਸਾਰੇ ਡਾਕੂਮੈਂਟਸ ਤਿਆਰ ਕਿਤੇ ਜਾਣਗੇ ਜੋ ਤੁਹਾਡੇ ਵੀਜ਼ੇ ਵਿੱਚ ਹੈਲਪ ਕਰਨਗੇ ਤੇ ਅਗਰ ਸਭ ਤੋਂ ਇੰਪੋਰਟੈਂਟ ਗੱਲ ਕਿ ਤੁਹਾਨੂੰ ਲੋਨ ਦੀ ਲੋੜ ਹੈ ਜਾਂ ਫਿਰ ਤੁਸੀਂ ਰੈਂਟ ਲਈ ਅਕੋਮੋਡੇਸ਼ਨ ਲਈ ਤੁਹਾਨੂੰ ਹੈਲਪ ਚਾਹੀਦੀ ਹੈ ਤਾਂ ਤੁਹਾਨੂੰ ਐਬ੍ਰੋ ਐਡਿਓਸ਼ਿਪ ਉਹਦੇ ਵਿੱਚ ਮਦਦ ਕਰੇਗਾ ਤਾਂ ਹੋਈ ਨਾ ਇੱਕ ਮਾਰ ਦੀ ਗੱਲ ਤੇ ਨਾਲ ਹੀ ਤੁਹਾਡੇ ਬੱਚਿਆਂ ਨੂੰ आईवी लीग मेंटर्स वालों सेशन दिते जाते ने फ्री लाइव सैशन हर हफ्ते होंगे ने ताकि बच्चों की हेल्प की जा सके जो बच्चे अफोर्ड नहीं कर सकते ज़्यादा मदद करता है एब्रो एडियोशिप तो आज ही ज्वाइन करो एब्रो एडियोशिप में जिते तो आयल जी, जी मैट के पेपर नहीं फसन देन तो आराम नी अपना पढ़ सकते हो अपना बाहर जा सकते हो जल्दी करो abroad education ship تن جاؤ اگر ਤੁਸੀਂ ਵੀ ਐਬਰਾਡ ਜਾਣ ਦਾ ਸੁਪਨਾ ਰੱਖਦੇ ਹੋ ਜਾਣਾ ਚਾਹੁੰਦੇ ਹੋ ਕਿਉਂ ਫਸ ਰਹੇ ਹੋ ਇਹ ਫਾਲਤੂ ਦੇ ਫਰਾਡ ਵਿੱਚ ਕਿਉਂ ਫਸ ਰਹੇ ਹੋ ਫਾਲਤੂ ਦੇ ਲੋਕਾਂ ਦੀ ਗੱਲਾਂ ਵਿੱਚ ਇਹ有机会 ਵਾਰ-ਵਾਰ ਨਹੀਂ ਮਿਲੇਗੀ ਇਹਨੂੰ ਗ੍ਰੈਬ ਕਰੋ ਆਓ ਐਬਰੋ ਐਜੂ ਸ਼ਿਪ ਨਾਲ ਕੰਟੈਕਟ ਕਰੋ ਹੁਣੇ Google ਵਿੱਚ ਜਾ ਕੇ ਸਰਚ ਕਰੋ A B R O E D U S H I P ਐਬਰੋ ਐਜੂ ਸ਼ਿਪ ਨਾ ਦਾ ਫੋਨ ਨੰਬਰ ਹੈ 931967 Two, nine, nine, four.